ਬਠਿੰਡਾ ਤੋਂ ਕਾਂਗਰਸ ਨੇ ਵਿਧਾਇਕ ਰਾਜਾ ਵੜਿੰਗ ਨੂੰ ਆਪਣਾ ਉਮੀਦਵਾਰ ਐਲਾਨਿਆ ਤਾਂ ਰਾਜਾ ਵੜਿੰਗ ਨੇ ਵੀ ਚੋਣ ਪ੍ਰਚਾਰ 'ਚ ਕੋਈ ਕਸਰ ਨਾ ਛੱਡੀ। ਰਾਜਾ ਪਿੰਡ ਪਿੰਡ ਗਲੀ ਗਲੀ ਘੁੰਮ ਕੇ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ। ਬੀਤੇ ਦਿਨੀ ਰਾਜਾ ਨੇ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਫੋਲੋ ਕਰਦਿਆਂ ਇੱਕ ਗਰੀਬ ਪਰਿਵਾਰ ਦੇ ਘਰ ਜਾ ਕੇ ਖਾਣਾ ਵੀ ਖਾਧਾ, ਪਰ ਇਹ ਸਭ ਸ਼ਾਇਦ ਤੁਸੀਂ ਪਹਿਲਾਂ ਹੀ ਜਾਣਦੇ ਹੋਵੋਗੇ। ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਕਿ ਰਾਜਾ ਵੜਿੰਗ ਨੇ ਇਸ ਪਰਿਵਾਰ ਦੇ ਘਰ ਬਣੀ ਰੋਟੀ ਖਾਧੀ, ਪਰ ਵੀਡੀਓ ਵਿੱਚ ਅਜਿਹਾ ਕੁਝ ਵੀ ਹੁੰਦਾ ਵਿਖਾਈ ਨਹੀਂ ਦੇ ਰਿਹਾ। ਰਾਜਾ ਵੜਿੰਗ ਰੋਟੀ ਜ਼ਰੂਰ ਖਾ ਰਹੇ ਨੇ, ਪਰ ਰਾਜਾ ਦੇ ਨਾਲ ਬੈਠੀ ਬੀਬੀ ਰੋਟੀ ਨਹੀਂ ਬਣਾ ਰਹੀ, ਸਗੋਂ ਰਾਜਾ ਨੂੰ ਰੋਟੀਆਂ ਗਰਮ ਕਰਕੇ ਦੇ ਰਹੀ ਹੈ। ਨਾ ਤਾਂ ਬੀਬੀ ਕੋਲ ਕਿਧਰੇ ਆਟਾ ਪਿਆ ਦਿਖਾਈ ਦੇ ਰਿਹਾ ਅਤੇ ਨਾ ਹੀ ਰੋਟੀ ਬਣਾਉਣ ਵਾਲਾ ਵੇਲਣਾ। ਇੰਜ ਲੱਗ ਰਿਹਾ ਜਿਵੇਂ ਰਾਜਾ ਖਾਣਾ ਆਪਣੇ ਨਾਲ ਘਰ ਤੋਂ ਲੈ ਕੇ ਆਏ ਹੋਣ, ਜਾਂ ਫਿਰ ਉਹਨਾਂ ਲਈ ਖਾਣਾ ਕਿਧਰੋਂ ਬਾਹਰੋਂ ਮੰਗਾਇਆ ਗਿਆ ਹੋਵੇ। ਇੱਕ ਵਾਰ ਤੁਸੀਂ ਵੀ ਵੇਖੋ ਇਹ ਵੀਡੀਓ ਦੀਆਂ ਕੁਝ ਝਲਕੀਆਂ। ਇਹ ਇਲਜ਼ਾਮ ਇਕੱਲੇ ਰਾਜਾ ਵੜਿੰਗ ਤੇ ਹੀ ਨਹੀਂ ਲੱਗੇ। ਕੁਝ ਦਿਨ ਪਹਿਲਾਂ ਅਜਿਹੇ ਹੀ ਕੁਝ ਇਲਜ਼ਾਮ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਤੇ ਵੀ ਲੱਗੇ ਸਨ, ਜਦੋਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਇੱਕ ਫੋਟੋ ਵਾਇਰਲ ਹੋਈ। ਫੋਟੋ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਖਹਿਰਾ ਦੀ ਥਾਲੀ ਵਿੱਚ ਬਾਕੀ ਦੋ ਵਿਅਕਤੀਆਂ ਨਾਲੋਂ ਵੱਖ ਖਾਣਾ ਹੈ ਅਤੇ ਖਹਿਰਾ ਦੇ ਨਾਲ ਹੀ ਬੈਠੇ ਵਿਅਕਤੀਆਂ ਦੀ ਥਾਲੀ ਵਿੱਚ ਹੋਰ। ਖੈਰ ਚੋਣਾਂ ਨੇ ਤੇ ਚੋਣਾਂ ਵਿੱਚ ਸਭ ਕੁਝ ਜਾਇਜ਼ ਹੈ। ਸ਼ਾਇਦ ਕਿਸੇ ਸਿਆਣੇ ਨੇ ਕਹਾਵਤ ਸੋਚ ਸਮਝ ਕੇ ਹੀ ਬਣਾਈ ਹੋਵੇਗੀ ਕਿ ਵੋਟਾਂ ਵੇਲੇ ਤਾਂ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ। ਨਹੀਂ ਨਹੀਂ ਸੌਰੀ, ਔਖੇ ਵੇਲੇ ਤਾਂ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ। ਨਿਊਜ਼ ਡੈਸਕ ਤੋਂ ਦਵਿੰਦਰ ਜਸੋਵਾਲ, ਪੰਜਾਬੀ ਲੋਕ ਚੈਨਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਿੰਦਰਜੀਤ ਕੌਰ ਹੈ, ਪਿੰਡ ਰਕਬਾ, ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਹੀ ਹਾਂ ਮੈਂ। ਮੈਨੂੰ ਜੀ ਮਲਟੀਪਲ ਮਾਇਲੋਮਾ ਦੀ ਸ਼ਿਕਾਇਤ ਸੀਗੀ। ਮੈਨੂੰ 3 ਕੁ ਸਾਲ ਪਹਿਲਾਂ ਪਤਾ ਚੱਲਿਆ ਇਸ ਦੇ ਬਾਰੇ 'ਚ। ਉਸ ਤੋਂ ਪਹਿਲਾਂ ਮੈਂ ਬਹੁਤ ਡਾਕਟਰਾਂ ਕੋਲ ਬਹੁਤ ਫਿਰੀ ਹਾਂ, ਗੁੜਗਾਓਂ ਗਈ, ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਵੱਡੇ ਵੱਡੇ ਹੋਸਪਿਟਲ ਦੇ ਵਿੱਚ ਗਈ, ਜਿੱਥੋਂ ਕਿ ਮੈਨੂੰ ਡਾਕਟਰ ਸਾਹਿਬ ਨੇ ਬਹੁਤ ਮਹਿੰਗਾ ਇਲਾਜ ਦੱਸਿਆ ਸਾਰਿਆਂ ਨੇ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਕਿਸੇ ਨੇ ਇੱਥੋਂ ਪਤਾ ਚੱਲਿਆ ਸਾਨੂੰ ਲੁਧਿਆਣੇ ਤੋਂ ਹੀ ਕਿ ਕੁਹਾੜੇ ਰਮਨ ਕੇਅਰ ਸੈਂਟਰ ਹੈ, ਕੈਂਸਰ ਕੇਅਰ ਸੈਂਟਰ। ਫਿਰ ਅਸੀਂ ਉੱਥੇ ਗਏ ਡਾਕਟਰ ਹਰਵਿੰਦਰ ਸਿੰਘ ਜੀ ਕੋਲ, ਅਤੇ ਇੱਥੋਂ ਫਿਰ ਮੈਂ 6-7 ਮਹੀਨੇ ਦਵਾਈ ਖਾਧੀ ਹੈ। ਦਵਾਈ ਖਾ ਕੇ ਫਿਰ ਮੈਂ ਬਿਲਕੁਲ ਨੋਰਮਲ ਹੋ ਗਈ, ਮੇਰੇ ਸਾਰੇ ਟੈਸਟ ਜਿਹੜੀਆਂ ਰਿਪੋਰਟਸ ਸਾਰੀਆਂ ਨੋਰਮਲ ਆਈਆਂ ਨੇ।